ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਹੋ? ਸਭ ਠੀਕ ਠਾਕ ਹੋ? ਅਤੇ ਅੱਜ ਅਸੀਂ ਨਿਕਲੇ ਹਾਂ ਘਰੋਂ ਘੁੰਮਣ ਫਿਰਨ, ਕਿਉਂਕਿ ਸ਼ਾਮ ਦਾ ਮੌਸਮ ਆ, ਦਿਨ ਭਰ ਦੀ ਗਰਮੀ ਤੋਂ ਬਾਅਦ ਹੁਣ ਥੋੜ੍ਹਾ ਜਿਹਾ, ਤੁਸੀਂ ਦੇਖੋ ਉੱਪਰ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਵਾ। ਉਹ ਦੇਖੋ ਸਾਡੇ ਘਰਾਂ ਵੱਲ ਬਿਲਕੁਲ ਕਾਲਾ ਹੋਇਆ ਪਿਆ ਵਾ। ਬੱਚੇ ਕਹਿੰਦੇ ਜੀ ਸਾਨੂੰ, ਅਸੀਂ ਥੋੜ੍ਹੇ ਤੁਰਨਾ, ਵੋਕ ਕਰਨੀ ਆ, ਇਸ ਕਰਕੇ ਮੈਂ ਇਹਨਾਂ ਨੂੰ ਵੋਕ 'ਤੇ ਲੈ ਕੇ ਆ ਗਿਆ, ਅਤੇ ਕਾਵਿਆ ਵੀ ਮੇਰੇ ਨਾਲ ਆ। ਬੱਚੇ ਕਹਿੰਦੇ ਉਦੋਂ ਹੀ ਵੋਕ ਤਾਂ ਨਹੀਂ ਕਹਿ ਸਕਦੇ ਇਹਨੂੰ, ਬਸ ਘਰ ਤੋਂ ਥੋੜ੍ਹਾ ਜਿਹਾ ਅੱਗੇ ਤੱਕ ਕਹਿੰਦੇ ਵੀ ਅਸੀਂ ਉੱਥੇ ਘੁੰਮ ਕੇ ਆਉਣਾ ਵਾ। ਅਤੇ ਬਸ ਅਸੀਂ ਇੱਦਾਂ ਹੀ ਸੈਰ ਕਰੀ ਜਾਂਦੇ ਪਏ ਹਾਂ। ਕੀ ਵੀ ਮੇਰੇ ਨਾਲ ਆ, ਗੈਰੀ ਵੀ ਕਹਿੰਦਾ ਮੈਨੂੰ ਵੋਕ ਕਰਾ ਕੇ ਲਿਆਓ, ਅਤੇ ਗੈਰੀ ਨੂੰ ਵੀ ਮੈਂ ਨਾਲ ਲੈ ਕੇ ਆ ਗਿਆ ਵੋਕ ਕਰਨ ਲਈ। ਅਤੇ ਬੱਚੇ ਉਹ ਭੱਜੇ ਜਾਂਦੇ ਪਏ ਅੱਗੇ ਅੱਗੇ, ਕਿਉਂਕਿ ਮੌਸਮ ਤੁਸੀਂ ਦੇਖੋ ਕਿੰਨਾ ਜ਼ਿਆਦਾ ਖਰਾਬ ਹੋਇਆ ਪਿਆ। ਮੈਨੂੰ ਰਾਤ ਹਨੇਰੀ, ਸ਼ਾਇਦ ਅੱਜ ਰਾਤੀ ਮੀਂਹ ਪਊਗਾ, ਕਿਉਂਕਿ ਹਨੇਰੀ ਪਹਿਲਾਂ ਚੱਲ ਕੇ ਹਟੀ ਆ, ਹਨੇਰੀ ਬਹੁਤ ਤੇਜ਼ ਸੀਗੀ। ਹਾਂ ਸਾਗੀ, ਹਾਂ ਅੱਛਾ, ਗੈਰੀ ਨੂੰ ਮਿੱਟੀ ਕਰਨਾ ਹੀ ਸੀ, ਕਰ ਲਈ? ਚਲੋ, ਸਿੰਮੀ ਵੀ ਗੇਟ 'ਚ ਬੈਠੀ ਹੋਈ ਆ, ਸਬਜ਼ੀ ਬਣਾ ਰਹੀ ਆ। ਸਿੰਮੀ ਬਣਾ ਰਹੀ ਆ ਰੋਟੀ ਸਬਜ਼ੀ। ਕੀ ਬਣਾਇਆ ਅੱਜ? ਸਿੰਮੀ ਘਰੇ ਬੈਠੀ ਹੋਈ ਸੀ ਤੇ ਅਸੀਂ ਬਾਹਰ ਸੈਰ ਕਰਨ ਲੱਗ ਗਏ। ਕਿੰਨੀ ਤੇਰੀ ਸਬਜ਼ੀ? ਕੀ ਬਣਾ ਰਹੀ? ਗੋਭੀ? ਮੌਸਮ ਪੂਰਾ ਖਰਾਬ ਆ, ਹੋ ਸਕਦਾ ਥੋੜ੍ਹੀ ਦੇਰ 'ਚ ਭਾਵੇਂ ਬਾਰਿਸ਼ ਸ਼ੁਰੂ ਹੋ ਜਾਏ। ਹਵਾ ਬਹੁਤ ਤੇਜ਼ ਚੱਲ ਰਹੀ, ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕੱਪੜੇ ਉੱਡ ਰਹੇ ਆ ਨਾ, ਪਰ ਹਵਾ ਕਾਫੀ ਤੇਜ਼ ਆ। ਲੋ ਜੀ ਗਈ ਲੈਟ, ਤੇਜ਼ ਹੋ ਗਈ ਹਨੇਰੀ, ਜ਼ਿਆਦਾ ਤੇਜ਼ ਹੋ ਗਈ ਹਨੇਰੀ, ਹਨੇਰੀ ਬਹੁਤ ਜ਼ਿਆਦਾ ਤੇਜ਼ ਹੋ ਗਈ ਹੈ ਜੀ, ਹਵਾ ਬਹੁਤ ਜ਼ਿਆਦਾ। ਸ਼ਹਿਨਸ਼ਾਹ ਵਾਲਾ ਮੌਸਮ ਬਣ ਗਿਆ ਵਾ, ਜਿੱਦਾਂ ਕਿ ਮੈਂ ਤੁਹਾਨੂੰ ਕਹਿ ਹੀ ਰਿਹਾ ਸੀਗਾ ਕਿ ਮੌਸਮ ਖਰਾਬ ਹੋਣ ਵਾਲਾ, ਉਸੇ ਤਰ੍ਹਾਂ ਹੀ ਮੌਸਮ ਬਿਲਕੁਲ ਖਰਾਬ ਹੋ ਚੁੱਕਿਆ ਵਾ। ਹਨੇਰੀ ਇੰਨੀ ਕੁ ਜ਼ਿਆਦਾ ਚੱਲ ਪਈ ਆ ਵੀ ਕੱਪੜੇ ਤੱਕ ਉੱਡਣ ਲੱਗ ਗਏ ਆ। ਹਾਂ ਹਨੇਰੀ ਨਾਲ ਮਿੱਟੀ ਪੈ ਗਈ ਦੋਨਾਂ ਦੀ ਅੱਖਾਂ 'ਚ। ਕਿਹਦੇ ਕਿਹਦੇ ਮਿੱਟੀ ਪਈ ਆ? ਤੇਰੇ ਵੀ ਮਿੱਟੀ ਪਈ ਆ? ਉਹ ਇੰਨੀ ਕੁ ਜ਼ਿਆਦਾ ਹਨੇਰੀ ਚੱਲਦੀ ਪਈ ਹੈ ਜੀ, ਮੈਂ ਦੱਸ ਨਹੀਂ ਸਕਦਾ, ਤੁਸੀਂ ਦੇਖ ਹੀ ਸਕਦੇ ਹੋ। ਸਾਰੇ ਜਾਨਵਰ ਵੀ ਭੱਜ ਭੱਜ ਕੇ ਲੁੱਕ ਰਹੇ ਆ ਹਨੇਰੀ ਨਾਲ, ਮਿੱਟੀ ਬਹੁਤ ਜ਼ਿਆਦਾ ਉੱਡ ਰਹੀ ਆ, ਤੇ ਸਾਰਾ ਮਿੱਟੀ ਮਿੱਟੀ ਹੋਇਆ ਪਿਆ। ਇੱਕ ਲਾਈਟ, ਸਭ ਤੋਂ ਪਹਿਲਾਂ ਇਹ ਲਾਈਟ ਕੱਢਦੇ ਆ, ਲਾਈਟ ਜਾ ਚੁੱਕੀ ਆ ਘਰ ਦੀ। ਹਾਂ ਬਹੁਤ ਜ਼ਿਆਦਾ ਹਵਾ ਜੀ ਬਾਹਰ, ਹਨੇਰੀ ਇੰਨੀ ਜ਼ਿਆਦਾ ਚੱਲ ਰਹੀ ਪਈ ਨਾ ਤੇਜ਼, ਕੋਈ ਲਿਮਿਟ ਨਹੀਂ ਹੈਗੀ। ਹਵਾ ਸਾਡੇ ਨਾ ਖੁੱਲਾ ਹੋਣ ਕਰਕੇ ਬਹੁਤ ਜ਼ਿਆਦਾ ਤੇਜ਼ ਚੱਲਦੀ ਹੈ ਜਦੋਂ ਵੀ ਚੱਲਦੀ ਹੈ। ਸਿੰਮੀ ਨੇ ਤਾਂ ਲੈ ਲਿਆ ਆਨੰਦ ਹਵਾ ਦਾ, ਆਹ ਦੇਖੋ ਇਹ ਕੈਮਰੇ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਹਨੇਰੀ ਪੂਰ ਓਵਰ ਹੋ ਗਿਆ, ਓਵਰ ਹੋ ਗਿਆ ਹਨੇਰੀ, ਓਵਰ ਹੋ ਗਈ। ਹਾਂ 5 ਮਿੰਟ ਪਹਿਲਾਂ ਕੁਛ ਨਹੀਂ ਸੀ ਜਦੋਂ ਮੈਂ ਤੁਹਾਨੂੰ ਦਿਖਾ ਰਿਹਾ ਸੀਗਾ, ਤੇ ਹੁਣ ਦੇਖ ਲਓ ਵੀ ਥੋੜੀ ਦੇਰ ਦੇ ਵਿੱਚ ਹੀ ਹੈ, ਇੱਕਦਮ ਮੌਸਮ ਬਦਲ ਗਿਆ। ਆਹ ਦੇਖੋ ਨਿਆਣਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਮਿਹਨੀ ਮੀਂਹ ਹਨੇਰੀ ਨਾਲ, ਕਿਉਂ ਨਹੀਂ ਉੱਡ ਰਹੀ? ਆ ਦੇਖ ਕਿੰਨੀ ਮਿੱਟੀ ਆ, ਆਜੋ ਆਜੋ ਅੰਦਰ ਆਜੋ, ਉਹ ਦੇਖ ਲਾ ਕਿੰਨਾ ਮੌਸਮ ਖਰਾਬ। ਆਹ ਦੇਖ ਸਕਦੇ ਪੂਰੀ ਤੇਜ਼ ਆਈ ਆ ਹਨੇਰੀ, ਸਾਡੇ ਦਰਵਾਜ਼ੇ ਵੀ ਖੜਕਣ ਲੱਗ ਗਏ ਹਨੇਰੀ ਨਾਲ,
ਨਹੀਂ ਬੰਦਾ ਸਿੰਮੀ ਦਰਵਾਜ਼ਾ। ਚਲੋ ਆ ਤੇ ਕਿੱਦਾਂ ਮਿੱਟੀ ਮਿੱਟੀ ਹੋ ਗਈ ਸਾਰੇ ਸਾਡੇ ਫਰਸ਼ ਤੇ ਬਾਹਰ, ਕਿਉਂਕਿ ਦਿਨੇ ਸਫਾਈ ਕਰੀ ਦੀ ਆ, ਡੇਲੀ ਦਾ ਹੀ ਕੰਮ ਹੋ ਗਿਆ, ਡੇਲੀ ਰਾਤੀ ਹਨੇਰੀ ਚੱਲਦੀ ਆ ਤੇ ਇਸੇ ਤਰ੍ਹਾਂ ਹੀ ਮਿੱਟੀ ਮਿੱਟੀ ਹੋ ਜਾਂਦੀ ਆ ਸਾਰੇ ਘਰ ਚ। ਗੈਰੀ ਵੀ ਸੋਚਦਾ ਹੋਣਾ ਵੀ ਇਹ ਕਿੱਦਾਂ ਦਾ ਮੌਸਮ ਆ ਗਿਆ, ਲੋਕਾਂ ਦੇ ਕੱਪੜੇ ਉੱਡ ਰਹੇ ਆ ਜੀ ਇੱਧਰ ਤੋਂ ਉੱਧਰ, ਉਹ ਦੇਖੋ ਕਿੱਦਾਂ ਕੱਪੜੇ ਉੱਡ ਉੱਡ ਕੇ ਆ ਰਹੇ ਆ। ਉਹ ਜੀ ਹਨੇਰੀ ਇੰਨੀ ਚੱਲਦੀ ਸੀ ਕਾਵਿਆ, ਤੁਹਾਨੂੰ ਉਹਨਾਂ ਨੇ ਨਾ ਕੁਰਸੀਆਂ ਅਲੱਗ ਅਲੱਗ ਕਰਤੀਆਂ ਸੀਗੀਆਂ, ਹਨੇਰੀ ਇੰਨੀ ਤੇਜ਼ ਆ ਵੀ ਸਾਨੂੰ ਇਹ ਵੀ ਕੁਰਸੀਆਂ ਜ਼ਰੂਰ ਉੱਡੂ ਗਿਆ। ਆਓ ਜਾ ਕੇ ਦੇਖਦੇ ਹਾਂ ਉੱਪਰ ਕੀ ਮਾਹੌਲ ਆ, ਇੰਨੀ ਤੇਜ਼ ਹਨੇਰੀ ਚੱਲ ਰਹੀ ਆ ਜੀ ਕਿ ਕੁਰਸੀਆਂ ਜਿਹੜੀਆਂ ਵਾ ਉਹ ਉੱਡ ਰਹੀਆਂ ਸਾਰੀਆਂ ਇੱਧਰ ਤੋਂ ਉੱਧਰ ਜਾ ਰਹੀਆਂ ਵਾ। ਮੌਸਮ ਇੰਨਾ ਕੁ ਜ਼ਿਆਦਾ ਖਰਾਬ ਹੋਇਆ ਪਿਆ ਵੀ ਮੈਂ ਤਾਂ ਆਈਡੀਆ ਨਹੀਂ ਲਗਾ ਸਕਦਾ ਵੀ ਹਨੇਰੀ ਇੰਨੀ ਜ਼ਿਆਦਾ ਚੱਲ ਰਹੀ। ਤਾਂ ਮੈਂ ਕਿਹਾ ਉੱਪਰ ਜਾ ਕੇ ਸਭ ਤੋਂ ਪਹਿਲਾਂ ਕੁਰਸੀਆਂ ਨੂੰ ਇਕੱਠੀਆਂ ਕਰਾਂ। ਆਹ ਦੇਖੋ ਕਿੱਦਾਂ ਹਨੇਰੀ ਨਾਲ ਪੁੱਠੀਆਂ ਹੋ ਗਈਆਂ ਸਾਰੀਆਂ। ਮੂੰਹ ਦੇ ਅੰਦਰ ਵੀ ਮਿੱਟੀ ਜਾ ਰਹੀ ਹੈ। ਤੂੰ ਚੱਲ ਥੱਲੇ ਆ ਗਿਆ ਮੈਂ ਕਾਵਿਆ, ਮੈਨੂੰ ਆਵਾਜ਼ਾਂ ਦੇਈ ਜਾਂਦੀ ਤੂੰ ਚੱਲ ਗਿਆ। ਚਲੋ ਹੁਣ ਇਹਨਾਂ ਨੂੰ ਕਰਦੀ ਆਪਾਂ ਇੱਕ ਸਾਈਡ 'ਤੇ। ਆ ਪਤਾ ਨਹੀਂ ਕਿਹਦਾ ਕਿਹਦਾ ਸਮਾਨ ਸਾਡੀ ਛੱਤ 'ਤੇ ਆ ਗਿਆ ਉੱਡ ਕੇ। ਲਓ ਜੀ ਆਪਣਾ ਕੰਮ ਹੋ ਗਿਆ ਖਤਮ, ਆਪਾਂ ਚੱਲੀਏ ਹੁਣ ਨੀਚੇ। ਓ ਫਾਈਨਲੀ ਮੈਂ ਆ ਗਿਆ ਹੁਣ ਨੀਚੇ ਨੀਚੇ, ਦਰਵਾਜ਼ਾ ਕਰ ਲਿਆ ਬੰਦ ਮੰਦੀ ਦਾ। ਇੰਨੀ ਕੁ ਜ਼ਿਆਦਾ ਤੇਜ਼ ਹਵਾ ਸੀ, ਮੇਰੇ ਲਈ ਕੈਮਰਾ ਵੀ ਫੜਨਾ ਬਹੁਤ ਜ਼ਿਆਦਾ ਔਖਾ ਹੋਇਆ ਸੀ, ਹਵਾ ਬਹੁਤ ਤੇਜ਼ ਸੀ। ਚਲੋ ਬਹੁਤ ਤੇਜ਼ ਸੀ ਬਹੁਤ ਹਵਾ ਉੱਪਰ ਸਿੰਮੀ, ਗੱਤੇ ਜਿਹੇ ਦਾ ਪੀਸ ਨਾ ਉੱਡ ਕੇ ਆਪਣੀ ਛੱਤ 'ਤੇ ਆਇਆ ਸੀ ਅਤੇ ਮੈਂ ਚੱਕ ਕੇ ਡਾਤਾ ਹਵਾ 'ਚ ਉੱਡ ਗਿਆ, ਪਤਾ ਨਹੀਂ ਕਿਹਦਾ ਕਿਹਦਾ ਕੂੜਾ ਉੱਡ ਕੇ ਆਈ ਜਾਂਦਾ। ਲਓ ਜੀ ਹੁਣ ਅਸੀਂ ਆ ਗਏ ਅੰਦਰ ਘਰ ਦੇ, ਹਨੇਰੀ ਇੰਨੀ ਕੁ ਜ਼ਿਆਦਾ ਤੇਜ਼ ਸੀਗੀ ਵੀ ਸਾਨੂੰ ਇੰਨਾ ਔਖਾ ਹੋ ਗਿਆ ਸੀਗਾ 2 ਮਿੰਟ ਵੀ ਬਾਅਦ ਖੜ੍ਹਨਾ, ਅਤੇ ਹੁਣ ਅਸੀਂ ਅੰਦਰ ਆਏ। ਸਿੰਮੀ ਲੱਗ ਗਈ ਹੈ ਝਾੜੂ ਲਾਉਣ, ਕਹਿੰਦੀ ਵੀ ਸਭ ਤੋਂ ਪਹਿਲਾਂ ਮੈਂ ਮਿੱਟੀ ਮੁੱਟੀ ਕਰ ਦੇਵਾਂ ਅੰਦਰੋਂ। ਹਾਂ ਆਹ ਦੇਖ ਲਓ ਸਾਡੀ ਸਲਫ 'ਤੇ ਵੀ ਮਿੱਟੀ ਮਿੱਟੀ ਹੋ ਗਈ ਸਾਰੀ, ਡਸਟ ਹੀ ਡਸਟ। ਆਹ ਦੇਖੋ ਜੀ ਹਨੇਰੀ ਦੇ ਨਾਲ ਇੰਨਾ ਕੁ ਜ਼ਿਆਦਾ ਇੰਪੈਕਟ ਪੈਂਦਾ ਨਾ ਘਰ ਦੀ, ਸਾਰੀ ਸਾਡੀ ਸਫਾਈ ਖੂਹ 'ਚ ਪੈ ਜਾਏਗੀ। ਅਸੀਂ ਸਵੇਰੇ ਇੰਨੀ ਮਿਹਨਤ ਨਾਲ ਦੋਨੇ ਸਫਾਈ ਕਰਦੇ ਹਾਂ। ਚਲੋ ਠੀਕ ਆ ਜੀ ਅੱਜ ਦੇ ਵਲੌਗ 'ਚ ਇੰਨਾ ਹੀ, ਜਲਦੀ ਮਿਲਾਂਗੇ ਨਵੀਂ ਵੀਡੀਓ 'ਚ, ਤਦ ਤੱਕ ਲਈ ਸਾਰਿਆਂ ਨੂੰ ਬਾਏ।